पेट्रोल पंप ते लुट दी वारदात वापरी है। दो लुटेरियां दे वल्लों लुट दी इस वारदात नूं अंजाम दिता गया तां 5000 रुपए दा कैश पंप दे करिंदे तों लुटिया गया। इक लुटेरा कैश लैके भज्जण दे विच कामयाब होया है अते इक लुटेरे नूं करिंदियां ने काबू कर लिया, जिसके आई कार्ड तो पता लग्या कि यह लुटेरा पुलिस वाला है अते पुलिस रूपी लुटेरे नूं पुलिस दे हवाले किया गया। तो यह घटना जिहड़ी है कपूरथला दे पिंड मेवा सिंह वाला विखे वापरी है। पंप दे करिंदे विधि शेख ने घटना की जानकारी दिंदे हुए कहा कि शाम के करीब 4 बजे दो व्यक्ति बाइक ते सवार होके पंप ते तेल पवाउण दे लई पहुंचे सन, जिन्हां ने मुंह ढके हुए सन। पहला उन्होंने तेल पवाया ते फिर एक लुटेरे ने उसनूं जफा पा लिया अते धमकी दिंदे हुए कहा कि तेरे कोल जिन्ने भी पैसे ने सानू दे दे, अते फिर चपट्टा मार के 5000 रुपए खोले। जदों कि इस घटना दौरान दूजे लुटेरे ने उस दे नाल दे साथी नूं पिस्टल दी नोक ते पहला हथों पाई कीती अते फिर उस दी पिस्टल खोह लई अते घटना नूं अंजाम देण तों बाद इक लुटेरा जिहड़ा मौके ते फरार हो गया, जदों कि इक लुटेरे नूं करिंदे ने काबू कीता, जिस दे आई कार्ड तों पता लग्गिया कि उस दा नाम रणधीर सिंह है, जो कि खुद नूं नकोदर विखे तैनात इक सिपाही दस रिहा। ਹਾਂਜੀ ਫਿਲਿੰਗ ਸਟੇਸ਼ਨ ਕਿੱਥੇ ਹੈ? ਮੇਵਾ ਸਿੰਘ ਵਾਲਾ ਜੀ, ਤਲਵੰਡੀ ਚੌਧਰੀਆਂ ਰੋਡ। ਕੀ ਘਟਨਾ ਹੋਈ ਹੈ ਪੂਰੀ? ਸਾਰੇ ਸਾਡੇ ਕੋਲ ਬੰਦੇ ਆਏ ਆ ਜੀ, ਦੋ ਮੋਟਰਸਾਈਕਲ ਤੇ, ਤੇ ਉਹਨਾਂ ਨੇ ਸਾਨੂੰ ਕਿਹਾ ਜੀ ਵੀ ਮੋਟਰਸਾਈਕਲ ਲਿਆ ਇੱਥੇ, ਮੂੰਹ ਲਪੇਟੇ ਸੀ ਮਾੜੇ ਮਾੜੇ ਸਾਫ਼ ਹੀ ਉੱਥੇ ਸੱਟੇ ਜਿੱਦਾਂ ਅਸੀਂ ਸੋਚਿਆ ਵੀ ਗੁਰਦੁਆਰੇ ਦੇ ਪੱਥਰ ਡਿੱਗ ਗਿਆ ਅਤੇ ਅਸੀਂ ਗੌਰ ਨਾ ਕੀਤੀ ਇਹਨੇ, ਅਤੇ ਮੁੜ ਕੇ ਜਦੋਂ ਤੇਲ ਪੈ ਗਿਆ ਉਹਨੇ 200 ਨੋਟ ਦਿੱਤਾ ਆ, 100 ਰੁਪਈਆ ਉਹਨੂੰ ਮੈਂ ਮੋੜ ਦਿੱਤਾ ਅਤੇ ਜਦੋਂ ਇਹ ਪੈਸੇ ਜੇਬ 'ਚ ਪਾਉਣ ਲੱਗੇ ਹਾਂ ਅਤੇ ਨਾਲ ਹੀ ਮੈਨੂੰ ਇੱਕ ਪੁਲਿਸ ਦਾ ਮੁਲਾਜ਼ਮ ਜਿਹੜਾ ਕਹਿੰਦਾ ਵੀ ਮੈਂ ਪੁਲਿਸ ਦਾ ਮੁਲਾਜ਼ਮ ਹੈ, ਉਹਨੇ ਮੇਰੀ ਜੱਫਾ ਮਾਰ ਲਿਆ ਅਤੇ ਉਹ ਕਹਿੰਦਾ ਲੈ ਗਿਆ ਪਰੇ ਨੂੰ ਪਿੱਛੇ ਨੂੰ, ਅਤੇ ਮੁੜ ਕੇ ਕਹਿੰਦਾ ਲਿਆ ਵੀ ਪੈਸੇ ਕਿੰਨੇ ਕੁ ਤੇਰੇ ਕੋਲ ਦੇ ਦੇ, ਨਹੀਂ ਤਾਂ ਗੋਲੀ ਮਾਰ ਦੇ। ਹਥਿਆਰ ਸੀਗਾ ਕੋਲ? ਹਾਂਜੀ ਪਿਸਟਲ ਸੀਗਾ ਜੀ। ਅੱਛਾ ਜੀ। ਹਾਂਜੀ ਅਤੇ ਦੂਜਾ ਸਾਥੀ? ਦੂਜਾ ਸਾਥੀ ਜਿਹੜਾ ਸੀਗਾ ਜੀ ਉਹ ਫਿਰ ਮੁੜ ਕੇ ਦੂਜੇ ਮੁੰਡੇ ਦੁਆਲੇ ਹੋ ਗਿਆ ਜੀ, ਉਹਨੇ ਉਹਦੇ 'ਤੇ ਪਿਸਤੌਲ ਤਾਣ ਤੀ ਅਤੇ ਮੁੰਡਾ ਨੇ ਫਿਰ ਘੁਲ ਪਿਆ ਉਹਦੇ ਨਾਲ ਅਤੇ ਪਿਸਤੌਲ ਖੋਲੇ ਜੀ ਇਹਦੀ। ਹਾਂਜੀ ਹੁਣ ਪਿਸਤੌਲ ਕਿੱਥੇ ਹੈ? ਪਿਸਤੌਲ ਸਰ ਉਹ ਮਗਰ ਲੱਗੇ ਸੀ ਬੰਦੇ, ਫਿਰ ਉਹ ਛੱਪੜ 'ਚ ਸਕਾਂ ਵੀ ਪਾਤਸ਼ਾਹ ਜੀ ਛੱਪੜ 'ਚ ਮਾਰ। ਕਿਹਨੇ? ਮੁੰਡੇ ਦੂਜੇ ਆਪਣੇ ਨੇ, ਸੋਨੂ ਨੇ। ਹਾਂਜੀ ਕੀ ਹਾਲਾਤ ਕਿਵੇਂ ਦੇਖਦੇ ਹੋ ਅੱਜ ਕੱਲ੍ਹ? ਹਾਲਾਤ ਸਰ ਮਾੜੇ ਆ, ਹਾਲਾਤ ਇਸ ਹਿਸਾਬ ਨਾਲ ਤਾਂ ਕੰਮ ਕਰਨਾ ਬਹੁਤ ਔਖਾ ਜੀ, ਕੋਈ ਸੇਫਟੀ ਨਹੀਂ ਹੈ ਦਿਨ ਦੁਪਹਿਰੀ, ਇਹ 4 ਵਜੇ ਟਾਈਮ ਸੀਗਾ ਜੀ। ਤੁਸੀਂ ਜਿਹੜਾ ਪੁਲਿਸ ਮੁਲਾਜ਼ਮ ਦੀ ਗੱਲ ਕੀਤੀ, ਕੋਈ ਆਇਆ ਉਹਦਾ ਸ਼ਨਾਖਤੀ ਕਾਰਡ ਤੁਹਾਡੇ? ਹਾਂਜੀ ਹਾਂਜੀ, ਤਾਂ ਅਸੀਂ ਦੇਖਿਆ ਜੀ ਉਹਦੇ ਕੋਲੋਂ ਫੜਿਆ ਉਹਨੇ, ਜਦੋਂ ਅਸੀਂ ਫੜ ਕੇ ਕੁਨੀਆਂ ਕੋਲ ਫੜਿਆ ਜੀ ਉਹ ਜਾ ਕੇ, 1/2 ਕਿਲੋਮੀਟਰ ਘੱਟ ਤੋਂ ਘੱਟ ਅਸੀਂ ਸਾਨੂੰ ਦੌੜ ਲਾਉਣਾ ਪਈ ਜਿਹੜੇ ਮਗਰ, ਅਤੇ ਅਸੀਂ 20 ਮਿੰਟ ਬਾਅਦ ਫੜ ਲਿਆ ਉਹਨੂੰ, ਅਤੇ ਇੱਕ ਬੰਦਾ ਮੋਟਰਸਾਈਕਲ ਲੈ ਕੇ ਭੱਜ ਗਿਆ ਜੀ। ਹੁਣ ਪੁਲਿਸ ਮੌਕੇ 'ਤੇ ਆ ਗਈ? ਪੁਲਿਸ ਤਾਂ ਮੌਕੇ 'ਤੇ ਆ ਗਈ ਜੀ। ਹਾਂਜੀ ਕਿੰਨਾ ਕੁ ਕੈਸ਼ ਤੁਹਾਡੇ ਕੋਲ ਖੋ ਕੇ ਭੱਜਿਆ ਸੀ? ਸਾਡੇ ਕੋਲੋਂ ਤਕਰੀਬਨ ਜੀ 5,050 ਰੁਪਏ ਜਿਹੜੇ ਗਏ ਆ, ਅਤੇ ਬਾਕੀ ਬਚਾ ਲਏ ਪੈਸੇ, ਤੁਸੀਂ ਬਚਾ ਲਏ ਜੀ, ਬਚਾ ਹੋ ਗਿਆ ਜੀ ਬਾਕੀ। ਪਿਸਤੌਲ ਜਿਹੜੀ ਤੁਹਾਨੂੰ ਤਾਣੀ ਵੀ ਗਈ ਤੁਹਾਡੇ ਉੱਤੇ? ਹਾਂਜੀ ਹਾਂਜੀ, ਮੁੰਡੇ ਉੱਤੇ ਤਾਣੀ, ਮੁੰਡਾ ਭੁੱਲ ਗਿਆ ਫਿਰ। ਜਿਹੜਾ ਕੈਸ਼ ਖੋਇਆ ਉਹ ਇਸ ਬੰਦੇ ਕੋਲ ਜਿਹੜਾ ਫੜਿਆ ਕਿ ਦੂਜੇ ਨੇ? ਹਾਂਜੀ ਹਾਂਜੀ, ਜਿਹੜਾ ਫੜਿਆ ਇਹਦੇ ਕੋਲ ਸੀਗਾ ਜੀ, ਇਹਨੇ ਖੋਇਆ ਕੈਸ਼। ਉਧਰ ਜਦੋਂ ਇਸ ਬਾਬਤ ਪੰਪ ਦੇ ਮਾਲਕ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਆਖਿਆ, ਆਓ ਸੁਣਦੇ ਆ। ਸਟੇਸ਼ਨ ਦਾ ਮਾਲਕ ਪਿੰਡ ਮੇਰਾ ਮਿਓ ਸਿੰਘ ਵਾਲਾ ਜੀ, ਤਕਰੀਬਨ 4 ਵਜੇ ਇੱਥੇ ਦੋ ਮੋਟਰਸਾਈਕਲ ਸਵਾਰ ਆਏ ਜੀ, ਉਹਨਾਂ ਮੇਰੇ ਪੈਂਸਲ ਕੋਲ ਤੇਲ ਪਾਇਆ ਜੀ 200 ਰੁਪਏ ਦਾ, ਮੁੜ ਕੇ ਜਦੋਂ ਪੈਸੇ ਦੇਣ ਲੱਗੇ ਇਹਨਾਂ ਤੋਂ ਰਿਵਾਲਵਰ ਕੱਢ ਲਿਆ, ਇਹਨਾਂ ਨੇ ਪਿਸਤੌਲ ਦਿੱਤਾ ਹੋ ਗਿਆ, ਇਹਨਾਂ ਰਿਵਾਲਵਰ ਖੋਲਿਆ ਇਹਦੇ ਕੰਡੇ ਗੱਲ ਪੈ ਗਿਆ, ਇਹਨਾਂ ਫਿਰ ਕਹਿੰਦੇ ਜਿੰਨਾ ਕੈਸ਼ ਹੈਗਾ ਸੀ ਰਿਵਾਲਵਰ ਤਿੰਨ ਕੋਲ ਕੈਸ਼ ਕਢਾਇਆ, ਅੰਦਾਜ਼ਨ 5,000 ਰੁਪਏ ਦੀ ਲੁੱਟ ਕੀਤੀ ਉਹਨਾਂ, ਉਸ ਤੋਂ ਬਾਅਦ ਉਹ ਭੱਜ ਗਏ ਮੋਟਰਸਾਈਕਲ ਤੋਂ। DSP ਬੱਬਨਦੀਪ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਫੜੇ ਗਏ ਲੁਟੇਰੇ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ। ਸਾਨੂੰ ਅੱਜ ਇੱਕ ਇਤਲਾਹ ਮਿਲੀ ਸੀਗੀ ਕਿ ਮੇਵਾ ਸਿੰਘ ਵਾਲੇ ਲਾਗੇ ਧੰਜੂ ਪੈਟਰੋਲ ਫਿਲਿੰਗ ਸਟੇਸ਼ਨ ਹੈ ਇੰਡੀਅਨ ਆਇਲ ਦਾ, ਉੱਥੇ ਇੱਕ ਲੁੱਟ ਦੀ ਵਾਰਦਾਤ ਜਿਹੜੀ ਹੈ ਉਸਨੂੰ ਅੰਜਾਮ ਦਿੱਤਾ ਗਿਆ ਹੈ ਦੋ ਨਕਾਬਪੋਸ਼ਾਂ ਬਾਰੇ, ਜਿਨ੍ਹਾਂ ਵਿੱਚੋਂ ਇੱਕ ਜਿਹੜਾ ਹੈ ਭੱਜਣ ਵਿੱਚ ਸਫਲ ਹੋ ਗਿਆ ਅਤੇ ਦੂਸਰੇ ਨੂੰ ਕਾਬੂ ਕਰ ਲਿੱਤਾ ਗਿਆ ਹੈ ਅਤੇ ਉਹ ਤੋਂ ਪੁੱਛਗਿੱਛ ਜਾ ਰਹੀ ਹੈ ਅਤੇ ਅਗਲੀ ਕਾਰਵਾਈ ਅਸੀਂ ਅਮਲ 'ਚ ਲੈ ਕੇ ਆ। ਕਿੰਨੀ ਕੁ ਨਕਦੀ ਜਿਹੜੀ ਲੁੱਟੀ ਗਈ ਇਹਨਾਂ ਕੋਲ? ਹਜੇ ਤੱਕ ਪ੍ਰਿਮਿਅਮ ਸਹੀ 5,000 ਪਤਾ ਲੱਗਿਆ ਅਤੇ ਬਾਕੀ ਅਸੀਂ ਤਫਤੀਸ਼ ਦੇ ਵਿੱਚ ਦੇਖਾਂਗੇ ਕਿ ਜੇ ਕੋਈ ਹੋਰ। ਜਿਹੜਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਹੈ ਉਹ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਜੀ, ਕੀ ਹੈ ਮਾਮਲਾ? ਪ੍ਰਿਮਿਅਮ ਫਸਾਈ ਉਹਦੇ ਕੋਲ ਇੱਕ ਆਈਡੈਂਟੀ ਕਾਰਡ ਜਿਹੜਾ ਬਰਾਮਦ ਹੋਇਆ ਹੈ ਜੋ ਕਿ ਪੰਜਾਬ ਪੁਲਿਸ ਦਾ ਹੈ, ਵੀ ਆਰ ਯੈਟ ਟੂ ਵੈਰੀਫਾਈ ਇਟ, ਅਸੀਂ ਉਹਦੀ ਵੈਰੀਫਿਕੇਸ਼ਨ ਕਰਾਂਗੇ ਕਿ ਇਹ ਕਿੱਥੇ ਪੋਸਟਡ ਸੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਾਰਟ ਆਫ ਇਨਵੈਸਟੀਗੇਸ਼ਨ ਬਣੇਗਾ। ਪ੍ਰਿਮਿਅਮ ਫਸਾਈ ਉਹਦੇ ਕੋਲ ਇੱਕ ਆਈਡੈਂਟੀ ਕਾਰਡ ਬਿਲਕੁਲ ਬਰਾਮਦ ਹੋਇਆ ਹੈ। ਉਹ ਅਸਲੀ ਹੈ ਜਾਂ ਕਿੱਦਾਂ ਜੀ? ਉਸ ਦੀ ਅਸੀਂ ਵੈਰੀਫਿਕੇਸ਼ਨ ਕਰਾਂਗੇ ਜੀ, ਹਜੇ ਤੱਕ ਜਿਹੜਾ ਆਈਡੈਂਟੀ ਕਾਰਡ ਹੈ ਉਸ ਤੋਂ ਉਸਦੀ ਤਸਦੀਕ ਕੀਤੀ ਜਾਏਗੀ ਅਤੇ ਉਸ ਤੋਂ ਬਾਅਦ ਤੁਹਾਡੇ ਨਾਲ ਸਾਂਝੀ ਕਰਾਂਗੇ। ਔਰ ਉਸ ਵੱਲੋਂ ਜਿਹੜਾ ਪੰਪ ਦੇ ਓਪਰੇਟਰਾਂ ਦੇ ਨਾਲ ਵੀ ਇਹੀ ਗੱਲ ਕਹੀ ਗਈ ਹੈ ਕਿ ਜਿਹੜਾ ਲੁੱਟ ਮੈਂ ਇੱਕ ਮੁਲਾਜ਼ਮ ਹਾਂ ਪੁਲਿਸ ਦਾ,
ਮੈਨੂੰ ਜਿੰਨਾ ਕੈਸ਼ ਹੈਗਾ ਦੇ ਦਿਓ, ਉਹਨੇ ਤੁਹਾਡੇ ਗੋਲੀ ਮਾਰ ਦਊਗਾ ਜੀ। ਹਾਂਜੀ, ਅਸੀਂ ਰੁੱਖਾ ਭੇਜ ਕੇ ਅਜੇ ਪਰਚਾ ਦਰਜ ਕੀਤਾ ਹੈ ਇਨਵੈਸਟੀਗੇਸ਼ਨ ਦੇ ਵਿੱਚ। ਜਿਹੜੇ ਇੱਥੇ ਪੈਟਰੋਲ ਪੰਪ ਦੇ ਓਪਰੇਟਰਸ ਹੈਗੇ ਨੇ, ਜਿਹਨਾਂ ਨੇ ਗੱਲਬਾਤ ਕਹੀ ਹੈ, ਉਹਨਾਂ ਨੂੰ ਅਸੀਂ ਔਨ ਰਿਕਾਰਡ ਲੈ ਕੇ ਆਵਾਂਗੇ ਅਤੇ ਉਹਦੇ ਵਿੱਚ ਜੋ ਵੀ ਹੋਏਗਾ ਜੀ ਵਿਲ ਸ਼ੇਅਰ ਇਟ। ਅਸਲਾ ਰਿਕਵਰ ਹੋ ਗਿਆ ਜਿਹੜਾ ਕਿਹਾ ਜਾ ਰਿਹਾ ਕਿ ਜੀ ਇੱਕ ਅਸਲਾ ਜਿਹੜਾ ਸੀਗਾ ਉਹ ਜਿਹੜਾ ਇੱਥੇ ਓਪਰੇਟਰ ਸੀਗਾ ਉਹ ਲੈ ਕੇ ਭੱਜਿਆ ਸੀਗਾ ਅਤੇ ਬੰਦਾ ਜਿਹੜਾ ਖੂਹ ਕਰਨ ਵਾਲਾ ਆ ਉਹਦੇ ਪਿੱਛੇ ਭੱਜਿਆ ਸੀ ਤਾਂ ਜੋ ਜਿਹੜਾ ਅਸਲਾ ਵਾਪਸ ਲਿਆ ਜਾ ਸਕੇ। ਇਨ ਦ ਮੀਨ ਟਾਈਮ ਇਹ ਅਸਲ ਦੇ ਵਿੱਚ ਉਹ ਅਸਲਾ ਜਿਹੜਾ ਗਿਰ ਗਿਆ, ਜਿਹਨੂੰ ਅਸੀਂ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਉੱਥੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਜਿੱਦਾਂ ਹੀ ਮਿਲ ਜਾਏਗਾ ਤੁਹਾਨੂੰ ਦੱਸਾਂਗੇ। ਪੰਜਾਬ ਦੇ ਲਈ ਕਪੂਰਥਲਾ ਤੋਂ ਸੁਨੀਲ ਗੋਗਨਾ ਦੀ ਰਿਪੋਰਟ।